ਸਤਿ ਸ਼੍ਰੀ ਅਕਾਲ ਵੇਰੀਏਬਲਸ ਐਂਡ ਓਪਰੇਟਰਸ ਇਨ ਔਕ ਕਮਾਂਡ ਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਯੂਜ਼ਰ ਡਿਫਾਈਂਡ ਵੇਰੀਏਬਲਸ, ਓਪਰੇਟਰਸ, ਬਿਗਿਨ ਅਤੇ ਐਂਡ ਸਟੇਟਮੈਂਟਸ ਦੇ ਬਾਰੇ ਵਿੱਚ ਸਿੱਖਾਂਗੇ। ਅਸੀਂ ਕੁਝ ਉਦਾਹਰਨਾਂ ਦੀ ਮਦਦ ਨਾਲ ਇਹ ਕਰਾਂਗੇ। ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ ਲਿਨਕਸ 16.04। ਇਸ ਟਿਊਟੋਰੀਅਲ ਦਾ ਅਭਿਆਸ ਕਰਨ ਲਈ ਤੁਹਾਨੂੰ ਇਸ ਵੈਬਸਾਈਟ ਤੇ ਲਿਨਕਸ ਦੇ ਪਹਿਲੇ ਟਿਊਟੋਰੀਅਲਸ ਨੂੰ ਵੇਖਣਾ ਚਾਹੀਦਾ ਹੈ। ਤੁਹਾਨੂੰ ਆਮ ਜਿਹੇ ਪ੍ਰੋਗਰਾਮਿੰਗ ਭਾਸ਼ਾ ਜਿਵੇਂ ਸੀ ਜਾਂ C++ ਵਿੱਚ ਵਰਤੇ ਗਏ ਬੇਸਿਕ ਓਪਰੇਟਰਸ ਦਾ ਗਿਆਨ ਹੋਣਾ ਚਾਹੀਦਾ ਹੈ। ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਸਮਰੂਪੀ ਟਿਊਟੋਰੀਅਲਸ ਵੇਖੋ। ਔਕ ਫਿਲਟਰ ਦੀ ਪਾਵਰ ਅਤੇ ਪ੍ਰੋਗਰਾਮਿੰਗ ਭਾਸ਼ਾ ਦਾ ਸੰਯੋਜਨ ਕਰਦਾ ਹੈ। ਇਸ ਲਈ ਇਹ ਵੇਰੀਏਬਲਸ, ਕੌਂਸਟੈਂਟਸ, ਓਪਰੇਟਰਸ ਨੂੰ ਸਪੋਰਟ ਕਰਦਾ ਹੈ। ਵੇਖਦੇ ਹਾਂ ਕਿ ਔਕ ਵਿੱਚ ਵੇਰੀਏਬਲ ਕੀ ਹੈ। ਵੇਰੀਏਬਲ ਇੱਕ ਪਹਿਚਾਣ ਕਰਤਾ ਹੈ ਜੋ ਵੈਲਿਊ ਦਾ ਹਵਾਲਾ ਦਿੰਦਾ ਹੈ। ਔਕ ਯੂਜ਼ਰ ਡਿਫਾਈਂਡ ਵੇਰੀਏਬਲਸ ਅਤੇ ਬਿਲਟ ਇਨ ਵੇਰੀਏਬਲਸ ਦੋਨਾਂ ਨੂੰ ਸਪੋਰਟ ਕਰਦਾ ਹੈ। ਅਸੀਂ ਇਸ ਟਿਊਟੋਰੀਅਲ ਵਿੱਚ ਯੂਜ਼ਰ ਡਿਫਾਈਂਡ ਵੇਰੀਏਬਲਸ ਦੇ ਬਾਰੇ ਵਿੱਚ ਸਿੱਖਾਂਗੇ। ਯੂਜ਼ਰ ਡਿਫਾਈਂਡ ਵੇਰੀਏਬਲਸ ਦੇ ਲਈ ਵੇਰੀਏਬਲ ਦਾ ਐਲਾਨ ਜ਼ਰੂਰੀ ਨਹੀਂ ਹੈ। ਵੇਰੀਏਬਲਸ ਨੂੰ ਸਪਸ਼ਟ ਤੌਰ ਤੇ ਸ਼ੁਰੂ ਕਰਨ ਦੀ ਲੋੜ ਨਹੀਂ ਹੈ। ਔਕ ਆਪਣੇ ਆਪ ਹੀ ਉਹਨਾਂ ਨੂੰ 0 ਜਾਂ ਨਲ ਸਟ੍ਰਿੰਗ ਵਿੱਚ ਸ਼ੁਰੂ ਕਰ ਦਿੰਦਾ ਹੈ। ਵੇਰੀਏਬਲ ਅੱਖਰ ਤੋਂ ਸ਼ੁਰੂ ਹੁੰਦੇ ਹਨ ਅਤੇ ਅੱਖਰ, ਅੰਕ ਅਤੇ ਅੰਡਰਸਕੋਰ ਦੇ ਨਾਲ ਜਾਰੀ ਰਹਿੰਦੇ ਹਨ। ਵੇਰੀਏਬਲ ਕੇਸ ਸੈਂਸਿਟਿਵ ਹੁੰਦੇ ਹਨ, ਇਸ ਲਈ ਵੱਡੇ ਐਸ ਦੇ ਨਾਲ ਸੈਲਰੀ ਅਤੇ ਛੋਟੇ ਐਸ ਦੇ ਨਾਲ ਸੈਲਰੀ ਦੋ ਵੱਖ ਵੱਖ ਵੇਰੀਏਬਲਸ ਹਨ। ਹੁਣ ਕੁਝ ਉਦਾਹਰਣ ਦੇਖਦੇ ਹਾਂ। ਕੰਟਰੋਲ, ਆਲਟ ਅਤੇ ਟੀ ਕੀਜ਼ ਦਬਾ ਕੇ ਟਰਮੀਨਲ ਖੋਲੋ। ਟਰਮੀਨਲ ਤੇ ਟਾਈਪ ਕਰੋ AWK ਸਪੇਸ ਓਪਨਿੰਗ ਸਿੰਗਲ ਕੋਟ ਓਪਨਿੰਗ ਕਰਲੀ ਬ੍ਰੇਸ ਸਮਾਲ ਐਕਸ ਇਕੁਅਲ ਟੂ 1 ਸੈਮੀਕੋਲਨ ਕੈਪੀਟਲ ਐਕਸ ਇਕੁਅਲ ਟੂ ਡਬਲ ਕੋਟਸ ਵਿੱਚ ਕੈਪੀਟਲ A ਸੈਮੀਕੋਲਨ ਸਮਾਲ A ਇਕੁਅਲ ਟੂ ਡਬਲ ਕੋਟਸ ਵਿੱਚ AWK ਸੈਮੀਕੋਲਨ ਸਮਾਲ B ਇਕੁਅਲ ਟੂ ਡਬਲ ਕੋਟਸ ਵਿੱਚ ਟਿਊਟੋਰੀਅਲ ਐਂਟਰ ਦਬਾਓ। ਟਾਈਪ ਕਰੋ ਪ੍ਰਿੰਟ ਐਕਸ ਐਂਟਰ ਦਬਾਓ, ਪ੍ਰਿੰਟ ਕੈਪੀਟਲ ਐਕਸ ਐਂਟਰ ਦਬਾਓ, ਪ੍ਰਿੰਟ A ਐਂਟਰ ਦਬਾਓ, ਪ੍ਰਿੰਟ B ਐਂਟਰ ਦਬਾਓ, ਪ੍ਰਿੰਟ A ਸਪੇਸ B ਐਂਟਰ ਦਬਾਓ, ਪ੍ਰਿੰਟ ਸਮਾਲ ਐਕਸ ਸਪੇਸ B ਐਂਟਰ ਦਬਾਓ, ਪ੍ਰਿੰਟ ਸਮਾਲ ਐਕਸ ਪਲੱਸ ਕੈਪੀਟਲ ਐਕਸ ਕਲੋਜ਼ਿੰਗ ਕਰਲੀ ਬ੍ਰੇਸ ਕਲੋਜ਼ਿੰਗ ਸਿੰਗਲ ਕੋਟ ਅਤੇ ਐਂਟਰ ਦਬਾਓ। ਕਿਉਂਕਿ ਅਸੀਂ ਫਾਈਲ ਦਾ ਨਾਮ ਨਹੀਂ ਦਿੱਤਾ ਹੈ, ਔਕ ਨੂੰ ਸਟੈਂਡਰਡ ਇਨਪੁੱਟ ਤੋਂ ਕੁਝ ਇਨਪੁੱਟ ਦੀ ਲੋੜ ਹੋਵੇਗੀ ਅਤੇ ਇਸ ਲਈ ਅਸੀਂ ਕੋਈ ਵੀ ਅੱਖਰ ਟਾਈਪ ਕਰ ਸਕਦੇ ਹਾਂ। A ਟਾਈਪ ਕਰੋ ਅਤੇ ਐਂਟਰ ਦਬਾਓ। ਵੇਰੀਏਬਲਸ ਨੂੰ ਗਿਣਤੀ ਦੇ ਨਾਲ ਸ਼ੁਰੂ ਕਰ ਸਕਦੇ ਹਾਂ। ਇੱਕ ਸਿੰਗਲ ਕਰੈਕਟਰ ਜਾਂ ਸਟ੍ਰਿੰਗ ਦੇ ਰੂਪ ਵਿੱਚ ਵੈਲਿਊ ਦੇ ਨਾਲ ਵੀ ਸ਼ੁਰੂ ਕਰ ਸਕਦੇ ਹਾਂ। ਜੇਕਰ ਵੈਲਿਊ ਕਰੈਕਟਰ ਜਾਂ ਸਟ੍ਰਿੰਗ ਹੈ ਤਾਂ ਵੇਰੀਏਬਲ ਨੂੰ ਡਬਲ ਕੋਟਸ ਵਿੱਚ ਵੈਲਿਊ ਦੇ ਨਾਲ ਸ਼ੁਰੂ ਕੀਤਾ ਜਾਂਦਾ ਹੈ। ਅਸੀਂ ਵੇਰੀਏਬਲਸ ਦੀ ਵੈਲਿਊਜ਼ ਵੇਖ ਸਕਦੇ ਹਾਂ। ਧਿਆਨ ਦਿਓ ਕਿ ਛੋਟੇ ਐਕਸ ਅਤੇ ਵੱਡੇ ਐਕਸ ਨੂੰ ਵੱਖ ਵੱਖ ਵੇਰੀਏਬਲਸ ਮੰਨਿਆ ਜਾਵੇਗਾ। ਇਹ ਪ੍ਰਮਾਣਿਤ ਕਰਦਾ ਹੈ ਕਿ ਵੇਰੀਏਬਲਸ ਕੇਸ ਸੈਂਸਿਟਿਵ ਹੁੰਦੇ ਹਨ। ਨਾਲ ਹੀ ਇਹ ਦਰਸਾਉਂਦਾ ਹੈ ਕਿ ਦੋ ਸਟ੍ਰਿੰਗਸ ਨੂੰ ਕਿਵੇਂ ਸ਼੍ਰੇਣੀਬੱਧ ਕਰ ਸਕਦੇ ਹਾਂ। ਇੱਥੇ ਵੇਰੀਏਬਲਸ ਛੋਟਾ A ਅਤੇ ਛੋਟਾ B ਸ਼੍ਰੇਣੀਬੱਧ ਹਨ। ਸਟ੍ਰਿੰਗ ਕੰਕੈਟੀਨੇਸ਼ਨ ਓਪਰੇਟਰ ਕੇਵਲ ਇੱਕ ਸਪੇਸ ਹੈ। ਇਸੇ ਤਰ੍ਹਾਂ ਜਦੋਂ ਅਸੀਂ ਛੋਟੇ ਐਕਸ ਨੂੰ ਸ਼੍ਰੇਣੀਬੱਧ ਕਰਦੇ ਹਾਂ ਜੋ ਗਿਣਤੀ ਅਤੇ ਸਟ੍ਰਿੰਗ B ਹੈ, ਐਕਸ ਸਟ੍ਰਿੰਗ ਵਿੱਚ ਆਪਣੇ ਆਪ ਬਦਲ ਜਾਂਦਾ ਹੈ ਅਤੇ ਲੜੀਬੱਧ ਆਉਟਪੁੱਟ 1 ਟਿਊਟੋਰੀਅਲ ਹੁੰਦੀ ਹੈ। ਆਪਣੇ ਆਪ ਤਬਦੀਲੀ ਸਟ੍ਰਿੰਗ ਵਿੱਚ ਕਿਉਂ ਹੁੰਦੀ ਹੈ? ਅਜਿਹਾ ਇਸ ਲਈ ਹੈ ਕਿਉਂਕਿ ਔਕ ਇੱਥੇ ਐਕਸ ਅਤੇ ਬੀ ਦੇ ਵਿਚਕਾਰ ਇੱਕ ਸਟ੍ਰਿੰਗ ਕੰਕੈਟੀਨੇਸ਼ਨ ਓਪਰੇਟਰ ਸਪੇਸ ਪਾਉਂਦਾ ਹੈ। ਹੁਣ ਛੋਟੇ ਐਕਸ ਪਲੱਸ ਵੱਡੇ ਐਕਸ ਦੀ ਆਉਟਪੁੱਟ ਵੇਖੋ। ਇੱਥੇ ਸਾਡੇ ਕੋਲ ਅਰਿਥਮੈਟਿਕ ਓਪਰੇਟਰ ਪਲੱਸ ਹੈ, ਇਸ ਲਈ ਐਕਸ ਆਪਣੇ ਆਪ ਹੀ ਅੰਕ 0 ਵਿੱਚ ਬਦਲ ਜਾਂਦਾ ਹੈ ਅਤੇ ਜੋੜ ਦੀ ਆਉਟਪੁੱਟ ਅੰਕ 1 ਹੁੰਦੀ ਹੈ। ਹੁਣ ਤੱਕ ਅਸੀਂ ਕੁਝ ਓਪਰੇਟਰਸ ਨੂੰ ਵੇਖਿਆ ਹੈ। ਵੇਖਦੇ ਹਾਂ ਅਸੀਂ ਹੋਰ ਕਿਹੜੇ ਓਪਰੇਟਰਸ ਦੀ ਵਰਤੋਂ ਕਰ ਸਕਦੇ ਹਾਂ। ਐਕਸਪ੍ਰੈਸ਼ਨਸ ਵਿੱਚ ਕਈ ਓਪਰੇਟਰਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਵੀਡੀਓ ਰੋਕੋ ਅਤੇ ਇੱਥੇ ਦਿੱਤੇ ਗਏ ਸਾਰੇ ਓਪਰੇਟਰਸ ਵੇਖੋ।
ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਮੂਲ ਓਪਰੇਟਰ ਤੋਂ ਜਾਣੂ ਹੋ। ਜੇਕਰ ਨਹੀਂ ਤਾਂ ਸੀ ਅਤੇ ਸੀ ਪਲੱਸ ਪਲੱਸ ਲੜੀ ਵਿੱਚ ਓਪਰੇਟਰਸ ਤੇ ਸਪੋਕਨ ਟਿਊਟੋਰੀਅਲਸ ਲਈ ਸਾਡੀ ਵੈਬਸਾਈਟ ਤੇ ਜਾਓ। ਮੈਂ ਇਨ੍ਹਾਂ ਸਾਰੇ ਓਪਰੇਟਰਸ ਦੇ ਕੰਮ ਤੇ ਵਿਸਥਾਰ ਨਾਲ ਚਰਚਾ ਨਹੀਂ ਕਰ ਰਿਹਾ ਹਾਂ। ਕੇਵਲ ਸਟ੍ਰਿੰਗ ਮੈਚਿੰਗ ਓਪਰੇਟਰ ਅਪਵਾਦ ਹੈ ਜੋ ਤੁਹਾਡੇ ਲਈ ਨਵਾਂ ਹੋ ਸਕਦਾ ਹੈ। ਇਸ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ। awkdemo.txt ਨਾਮ ਵਾਲੀ ਫਾਈਲ ਕੋਡ ਫਾਈਲਸ ਲਿੰਕ ਵਿੱਚ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਆਪਣੇ ਕੰਪਿਊਟਰ ਤੇ ਡਾਊਨਲੋਡ ਕਰੋ। ਟਰਮੀਨਲ ਤੇ ਜਾਓ, ਕੰਟਰੋਲ ਅਤੇ ਡੀ ਕੀਜ਼ ਦਬਾ ਕੇ ਪਿਛਲੀ ਪ੍ਰਕਿਰਿਆ ਨੂੰ ਖਤਮ ਕਰੋ। ਟਰਮੀਨਲ ਸਾਫ ਕਰੋ। ਹੁਣ ਸੀਡੀ ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ਤੇ ਜਾਓ ਜਿਸ ਵਿੱਚ ਤੁਸੀਂ awkdemo.txt ਫਾਈਲ ਸੇਵ ਕੀਤੀ ਹੈ। ਹੁਣ ਇਸ ਫਾਈਲ ਤੇ ਇੱਕ ਨਜ਼ਰ ਪਾਉਂਦੇ ਹਾਂ। ਮੰਨ ਲਓ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਲੱਭਣਾ ਚਾਹੁੰਦੇ ਹਾਂ ਜੋ ਪਾਸ ਹਨ ਪਰ ਉਹਨਾਂ ਦੇ ਅੰਕ 80 ਤੋਂ ਘੱਟ ਹਨ। ਇਸ ਮਾਮਲੇ ਵਿੱਚ ਸਾਨੂੰ ਦੋ ਵੱਖ-ਵੱਖ ਫੀਲਡਸ ਦੀ ਤੁਲਨਾ ਕਰਨ ਦੀ ਲੋੜ ਹੈ। ਅਜਿਹੀ ਹਾਲਤ ਦੇ ਲਈ ਅਸੀਂ ਔਕ ਰਿਲੇਸ਼ਨਲ ਓਪਰੇਟਰਸ ਦੀ ਵਰਤੋਂ ਕਰ ਸਕਦੇ ਹਾਂ। ਇਹ ਓਪਰੇਟਰਸ ਸਟ੍ਰਿੰਗਸ ਅਤੇ ਨੰਬਰਸ ਦੋਨਾਂ ਦੀ ਤੁਲਨਾ ਕਰ ਸਕਦੇ ਹਨ। ਤਾਂ ਟਰਮੀਨਲ ਤੇ ਟਾਈਪ ਕਰੋ ਔਕ ਸਪੇਸ -, ਕੈਪੀਟਲ ਐਫ ਡਬਲ ਕੋਟਸ ਵਿੱਚ ਵਰਟੀਕਲ ਬਾਰ ਸਪੇਸ ਸਿੰਗਲ ਕੋਟਸ ਵਿੱਚ $5 equal to ਡਬਲ ਕੋਟਸ ਵਿੱਚ ਪਾਸ ਸਪੇਸ ampersand ਸਪੇਸ $4 <80 ਸਪੇਸ ਕਰਲੀ ਬ੍ਰੇਸਿਸ ਵਿੱਚ ਪ੍ਰਿੰਟ ਸਪੇਸ ਪਲੱਸ ਐਕਸ ਕੋਮਾ $2 ਕੋਮਾ $4 ਕੋਮਾ $5 ਸਪੇਸ awkdemo.txt ਅਤੇ ਐਂਟਰ ਦਬਾਓ। ਇਹ ਕਮਾਂਡ ਕਈ ਚੀਜ਼ਾਂ ਦਰਸਾਉਂਦੀ ਹੈ। ਪਹਿਲਾ, ਅਸੀਂ 5ਵੇਂ ਫੀਲਡ ਦੇ ਨਾਲ ਸਟ੍ਰਿੰਗ ਦੀ ਤੁਲਨਾ ਕਰ ਸਕਦੇ ਹਾਂ। ਦੂਜਾ, ਅਸੀਂ ਨੰਬਰ ਦੇ ਨਾਲ ਕੇਵਲ 4ਥੇ ਫੀਲਡ ਦੀ ਤੁਲਨਾ ਕਰ ਸਕਦੇ ਹਾਂ। ਤੀਜਾ, ਅਸੀਂ ਵੇਖਦੇ ਹਾਂ ਕਿ ਐਂਪਰਸੈਂਡ ਓਪਰੇਟਰ ਦੀ ਵਰਤੋਂ ਕਰਕੇ ਅਸੀਂ ਦੋ ਜਾਂ ਜ਼ਿਆਦਾ ਤੁਲਨਾਵਾਂ ਨੂੰ ਜੋੜ ਸਕਦੇ ਹਾਂ। ਵਿਸ਼ੇਸ਼ ਨੰਬਰਸ ਜਾਂ ਸਟ੍ਰਿੰਗਸ ਦੇ ਬਜਾਏ ਅਸੀਂ ਰੈਗੂਲਰ ਐਕਸਪ੍ਰੈਸ਼ਨਸ ਦੀ ਵੀ ਤੁਲਨਾ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਸਲਾਈਡ ਵਿੱਚ ਵੇਖਿਆ, ਇਸ ਉਦੇਸ਼ ਲਈ ਸਾਡੇ ਕੋਲ ਟਿਲਡੇ ਅਤੇ ਐਕਸਕਲੇਮੇਸ਼ਨ ਟਿਲਡੇ ਹੈ। ਹੁਣ ਮੰਨ ਲਓ ਅਸੀਂ ਕੰਪਿਊਟਰ ਸਾਇੰਸ ਦੇ ਉਹਨਾਂ ਵਿਦਿਆਰਥੀਆਂ ਨੂੰ ਲੱਭਣਾ ਚਾਹੁੰਦੇ ਹਾਂ ਜੋ ਪਾਸ ਹੋ ਗਏ ਹਨ। ਕਿਉਂਕਿ ਕੰਪਿਊਟਰ ਛੋਟੇ ਅਤੇ ਵੱਡੇ ਦੋਨਾਂ ਸੀ ਵਿੱਚ ਹੋ ਸਕਦਾ ਹੈ, ਅਸੀਂ ਰੈਗੂਲਰ ਐਕਸਪ੍ਰੈਸ਼ਨ ਦੀ ਵਰਤੋਂ ਕਰਾਂਗੇ। ਅਸੀਂ ਟਾਈਪ ਕਰਾਂਗੇ ਔਕ ਸਪੇਸ -, ਕੈਪੀਟਲ ਐਫ ਡਬਲ ਕੋਟਸ ਵਿੱਚ ਪਾਈਪ ਸਿੰਬਲ ਸਪੇਸ ਕੋਟ ਵਿੱਚ $5 equal to ਡਬਲ ਕੋਟਸ ਵਿੱਚ ਪਾਸ ampersand ਸਪੇਸ $3 ਟਿਲਡੇ / ਸਕੁਅਰ ਬ੍ਰੈਕਟਸ ਵਿੱਚ ਸਮਾਲ c ਕੈਪੀਟਲ c ਕੰਪਿਊਟਰਸ / ਸਪੇਸ ਕਰਲੀ ਬ੍ਰੇਸਿਸ ਵਿੱਚ ਪ੍ਰਿੰਟ ਸਪੇਸ ਪਲੱਸ ਸਮਾਲ x ਕੋਮਾ $2 ਕੋਮਾ $3 ਕੋਮਾ $5 ਸਪੇਸ awkdemo.txt ਅਤੇ ਐਂਟਰ ਦਬਾਓ। ਜੇਕਰ ਅਸੀਂ ਤੁਲਨਾ ਨੂੰ ਇਨਕਾਰ ਕਰਨਾ ਚਾਹੁੰਦੇ ਹਾਂ, ਅਸੀਂ ਐਕਸਕਲੇਮੇਸ਼ਨ ਟਿਲਡੇ ਓਪਰੇਟਰ ਦੀ ਵਰਤੋਂ ਕਰਕੇ ਅਜਿਹਾ ਕਰ ਸਕਦੇ ਹਾਂ। ਹੁਣ ਅਸੀਂ ਉਹਨਾਂ ਸਾਰੇ ਗੈਰ ਕੰਪਿਊਟਰ ਵਿਦਿਆਰਥੀਆਂ ਦੀ ਸੂਚੀ ਚਾਹੁੰਦੇ ਹਾਂ ਜੋ ਪਾਸ ਹੋਏ ਹਨ। ਪਿਛਲੀ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ। $3 ਦੇ ਅੱਗੇ ਐਕਸਕਲੇਮੇਸ਼ਨ ਸਿੰਬਲ ਜੋੜੋ ਅਤੇ ਐਂਟਰ ਦਬਾਓ। ਅਗਲਾ, ਉਸੇ ਫਾਈਲ ਵਿੱਚ ਖਾਲੀ ਲਾਈਨਸ ਦੀ ਗਿਣਤੀ ਗਿਣਦੇ ਹਾਂ। ਫਾਈਲ ਖੋਲੋ ਅਤੇ ਵੇਖੋ ਕਿ ਇੱਥੇ ਕਿੰਨੀਆਂ ਖਾਲੀ ਲਾਈਨਸ ਹਨ। ਇਸ ਲਈ ਇਸ ਵਿੱਚ 3 ਖਾਲੀ ਲਾਈਨਸ ਹਨ। ਹੁਣ ਔਕ ਦੀ ਵਰਤੋਂ ਕਰਕੇ ਖਾਲੀ ਲਾਈਨਸ ਦੀ ਗਿਣਤੀ ਗਿਣਦੇ ਹਾਂ। ਟਾਈਪ ਕਰੋ ਔਕ ਸਪੇਸ ਸਿੰਗਲ ਕੋਟਸ ਵਿੱਚ ਫਰੰਟ / ਵਿੱਚ ਕੈਰਟ ਸਿੰਬਲ $ ਸਪੇਸ ਕਰਲੀ ਬ੍ਰੇਸਿਸ ਵਿੱਚ x = x + 1 semicolon space print x space awkdemo.txt ਐਂਟਰ ਦਬਾਓ। ਸਾਨੂੰ ਜਵਾਬ ਦੇ ਰੂਪ ਵਿੱਚ 3 ਪ੍ਰਾਪਤ ਹੋਇਆ। ਕੈਰਟ ਚਿੰਨ ਲਾਈਨ ਦੇ ਸ਼ੁਰੂ ਦਾ ਪ੍ਰਤੀਕ ਹੈ, ਜਦੋਂ ਕਿ $ ਲਾਈਨ ਦੇ ਅਖੀਰ ਦਾ ਪ੍ਰਤੀਕ ਹੈ। ਇਸ ਲਈ ਇੱਕ ਖਾਲੀ ਲਾਈਨ ਰੈਗੂਲਰ ਐਕਸਪ੍ਰੈਸ਼ਨ ਕੈਰਟ $ ਦੁਆਰਾ ਮੇਲ ਖਾਵੇਗੀ। ਧਿਆਨ ਦਿਓ, ਅਸੀਂ x ਦੀ ਵੈਲਿਊ ਇਨੀਸ਼ੀਅਲਾਈਜ਼ ਨਹੀਂ ਕੀਤੀ ਹੈ। ਔਕ ਨੇ x ਨੂੰ ਸ਼ੁਰੂ ਦੀ ਵੈਲਿਊ 0 ਤੇ ਇਨੀਸ਼ੀਅਲਾਈਜ਼ ਕੀਤਾ ਹੈ। ਇਹ ਕਮਾਂਡ ਸਾਨੂੰ ਖਾਲੀ ਲਾਈਨਸ ਦੀ ਵੱਧਦੀ ਗਿਣਤੀ ਦਿੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹਰ ਵਾਰ
एक खाली लाइन मिलती है, x वधेगा अते फिर प्रिंट होवेगा। साड़ी पिछली कमांड विच असी खाली लाइन्स दी वधदी गिनती वेखी, पर असी केवल खाली लाइन्स दी कुल गिनती प्रिंट करना चाहुंदे हां। ता सानू पूरी फाइल दे पारगमन दे बाद केवल एक वार x प्रिंट करना होवेगा। असी एक सिरलेख भी देना चाहुंदे हां, आउटपुट दा मतलब की है। अजिहियां लोड़ां दे लई awk begin अते end सैक्शन प्रदान करदा है। बिगिन सैक्शन विच पूर्व प्रोसैसिंग दे लई प्रक्रियावां हन। यह सैक्शन मेन इनपुट लूप दे चलाउण तों पहलां चलाया जांदा है। एंड सैक्शन विच प्रोसैसिंग दे बाद लई प्रक्रियावां हुंदियां हन। इस सैक्शन दी कारगुजारी मेन इनपुट लूप खत्म होण दे बाद हुंदी है। बिगिन अते एंड प्रक्रियावां ऑप्शनल हन। सिखते हां कि इसनू किवें करिए। टर्मिनल विच टाइप करो awk space opening single quote begin in caps brace switch print space double quote switch the number of empty lines in awk demo are enter दबाओ front slash switch caret symbol dollar symbol space curly braces switch x equal to x plus 1 enter दबाओ end space curly braces switch print space x close single quote space awkdemo.txt अते enter दबाओ। देखो सानू इच्छित आउटपुट नहीं मिली है। सानू आउटपुट 3 प्राप्त होनी चाहिदी है क्योंकि साडे कोल फाइल विच 3 खाली लाइन्स हन। तुहानू की लगदा है की होया है? वास्तव विच सानू end नू अपर केस end विच लिखना चाहिदा है। इसलई कमांड नू सोध के करो। टर्मिनल ते पिछली चलन वाली कमांड प्राप्त करने लिए अप एरो की दबाओ। लोअर केस एंड नू अपर केस एंड विच बदलो अते एंटर दबाओ। हुन आउटपुट विच खाली लाइन्स दी कुल गिनती दिखाई देंदी है। अगे उन्ना सारे विद्यार्थियों दी औसत तनखा पता करदे हां जो असी awkdemo.txt फाइल विच पाया सी। उसनू प्राप्त करन दे लई टर्मिनल विच दिखाए गए अनुसार कमांड टाइप करो अते एंटर दबाओ अते सानू इच्छित आउटपुट प्राप्त हुंदी है। इस दे नाल असी इस ट्यूटोरियल दे अखीर विच आ गए हां। संखेप विच इस ट्यूटोरियल विच असी सिख्या awk विच यूजर डिफाइंड वेरिएबल्स ऑपरेटर्स बिगिन अते एंड स्टेटमेंट्स निर्धारित काम दे रूप विच हरेक लाइन प्रिंट करो जिथे आखरी फील्ड दी वैल्यू 5000 तो ज्यादा है अते विद्यार्थी इलेक्ट्रिकल डिपार्टमेंट नाल संबंधित हन। आउटपुट विच सिरलेख एवरेज मार्क्स दे नाल सारे विद्यार्थियों दे औसत अंक प्रिंट करो। हेठ लिखे लिंक ते मौजूद वीडियो स्पोकन ट्यूटोरियल प्रोजेक्ट दा सार करदी है। कृपा करके इस नू डाउनलोड करो अते वेखो। स्पोकन ट्यूटोरियल प्रोजेक्ट टीम स्पोकन ट्यूटोरियल दी वरतों करके वर्कशॉप्स चलाउंदियां हन। ऑनलाइन टेस्ट पास करन वालियां नू प्रमाण पत्र भी दित्ते जांदे हन। ज्यादा जानकारी दे लई कृपा करके सानू लिखो। की इस ट्यूटोरियल ते तुहाडे कोल प्रश्न हन? कृपा करके साइट ते जाओ, मिंट अते सेकंड दी चोण करो जिथे तुहाडे प्रश्न हन। अपने प्रश्न नू संखेप विच दसो, साडी टीम तों कोई उन्हां दा जवाब देवेगा। स्पोकन ट्यूटोरियल फोरम इस ट्यूटोरियल ते विशेष प्रश्नां दे लई है। कृपा करके उन्हां ते असंबंधित अते आम जिहे प्रश्न पोस्ट ना करो। ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਘੱਟ ਅਵਿਵਸਥਾ ਨਾਲ ਅਸੀਂ ਇਨ੍ਹਾਂ ਚਰਚਾਵਾਂ ਨੂੰ ਸਿਖਲਾਈ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ। ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT MHRD ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ਤੇ ਜ਼ਿਆਦਾ ਜਾਣਕਾਰੀ ਦਿਖਾਈ ਗਈ ਲਿੰਕ ਤੇ ਉਪਲਬਧ ਹੈ। ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।